ਇਹ ਕਹੋ ਜਿਵੇਂ ਤੁਸੀਂ ਇਸ ਦਾ ਅਰਥ ਰੱਖਦੇ ਹੋ। 19 ਅਗਸਤ 2021 ਦਿਨ 19ਵਾਂ ਵਿਸ਼ਵਾਸ ਦਾ ਐਲਾਨ। ਮੈਂ ਦੱਸਦਾ ਹਾਂ ਕਿ ਮੇਰੀ ਜ਼ਿੰਦਗੀ ਵਿੱਚ ਆਸਾਨੀ ਦਾ ਇੱਕ ਮਜ਼ਾ ਹੈ। ਰੱਬ ਮੇਰੇ ਅੱਗੇ ਹੈ, ਉਸਨੇ ਟੇਢੀਆਂ ਥਾਵਾਂ ਨੂੰ ਸਿੱਧਾ ਕਰ ਦਿੱਤਾ ਹੈ। ਉਸਦਾ ਝੂਲਾ ਸੌਖਾ ਹੈ ਅਤੇ ਉਸਦਾ ਬੋਝ ਹਲਕਾ ਹੈ। ਮੈਂ ਸੰਘਰਸ਼ ਨਹੀਂ ਕਰਦਾ। ਜੋ ਮੁਸ਼ਕਲ ਹੁੰਦਾ ਸੀ ਉਹ ਹੁਣ ਮੁਸ਼ਕਲ ਨਹੀਂ ਹੈ। ਰੱਬ ਦੀ ਮਿਹਰ ਅਤੇ ਮੇਰੇ ਜੀਵਨ ਉੱਤੇ ਅਸੀਸ ਨੇ ਬੋਝ ਨੂੰ ਹਲਕਾ ਕਰ ਦਿੱਤਾ ਹੈ ਅਤੇ ਦਬਾਅ ਨੂੰ ਦੂਰ ਕਰ ਦਿੱਤਾ ਹੈ। ਇਹ ਮੇਰੀ ਘੋਸ਼ਣਾ ਹੈ। ਦਿਮਾਗੀ ਸਿਹਤ ਸੰਬੰਧੀ ਵਿਚਾਰ। ਮੇਰਾ ਸਰੀਰ ਪਵਿੱਤਰ ਆਤਮਾ ਦਾ ਮੰਦਿਰ ਹੈ। ਮੇਰੇ ਜੀਵਨ ਦਾ ਹਰ ਰੇਸ਼ਾ, ਮੇਰੇ ਸਿਰ ਦੇ ਤਾਜ ਤੋਂ ਲੈ ਕੇ ਪੈਰਾਂ ਦੇ ਤਲ ਤੱਕ ਰੱਬ ਦੀ ਆਤਮਾ ਦੁਆਰਾ ਸ਼ਕਤੀਸ਼ਾਲੀ ਹੈ। ਮੇਰੇ ਵਿੱਚ ਰੱਬ ਦਾ ਜੀਵਨ ਬਿਮਾਰੀ ਅਤੇ ਕਮਜ਼ੋਰੀ ਨੂੰ ਖਤਮ ਕਰਦਾ ਹੈ। ਮੈਂ ਕਿਸੇ ਵੀ ਵਾਇਰਸ, ਕੀਟਾਣੂ ਜਾਂ ਬੈਕਟੀਰੀਆ ਦੁਆਰਾ ਸੰਕਰਿਤ ਨਹੀਂ ਹਾਂ। ਜਿਵੇਂ ਵੀ ਕੋਈ ਵਾਇਰਸ, ਕੀਟਾਣੂ ਜਾਂ ਬੈਕਟੀਰੀਆ ਮੇਰੇ ਸਰੀਰ ਨੂੰ ਛੂੰਹਦੇ ਹਨ, ਯੀਸ਼ੂ ਦੇ ਨਾਮ 'ਤੇ ਤੁਰੰਤ ਮਰ ਜਾਂਦੇ ਹਨ। ਆਮੀਨ। ਮੈਂ ਯੀਸ਼ੂ ਦੇ ਨਾਮ 'ਤੇ ਜੋ ਮੈਂ ਕਹਾਂਗਾ ਰੱਖਾਂਗਾ। ਮੈਂ ਮਜ਼ਬੂਤ ਹਾਂ, ਮੈਂ ਤੰਦਰੁਸਤ ਹਾਂ, ਮੈਂ ਧਨ ਹਾਂ, ਮੈਂ ਸ਼ਕਤੀਸ਼ਾਲੀ ਹਾਂ, ਮੈਨੂੰ ਨਿਯੁਕਤ ਕੀਤਾ ਗਿਆ ਹੈ, ਮੈਂ ਆਜ਼ਾਦ ਹਾਂ, ਮੈਂ ਰੱਬ ਦਾ ਪਿਆਰਾ ਹਾਂ, ਮੈਨੂੰ ਰੱਬ ਅਤੇ ਮਨੁੱਖ ਦੁਆਰਾ ਪਸੰਦ ਕੀਤਾ ਗਿਆ ਹੈ, ਮੈਂ ਉਹ ਬੋਲਦਾ ਹਾਂ ਜੋ ਮੈਂ ਦੇਖਣਾ ਚਾਹੁੰਦਾ ਹਾਂ, ਉਹ ਨਹੀਂ ਜੋ ਮੈਂ ਵੇਖਦਾ ਹਾਂ। ਮੈਂ ਇੱਕ ਪੱਕਾ ਬੀਜ ਹਾਂ, ਮੈਂ ਆਪਣੇ ਪਰਮਾਤਮਾ ਦੇ ਘਰ ਵਿੱਚ ਚੰਗੀ ਜ਼ਮੀਨ 'ਤੇ ਲਗਾਇਆ ਗਿਆ ਹਾਂ, ਮੈਂ ਆਪਣੇ ਪ੍ਰਭੂ ਦੇ ਦਰਬਾਰਾਂ ਵਿੱਚ ਹਥੇਲੀ ਦੇ ਰੁੱਖ ਨੂੰ ਪਸੰਦ ਕਰਦਾ ਹਾਂ, ਮੈਂ ਇਸ ਦੇ ਸੀਜ਼ਨ ਵਿੱਚ ਬਹੁਤ ਜ਼ਿਆਦਾ ਫਲ ਦਿੰਦਾ ਹਾਂ, ਮੈਂ ਰਸਤਾ ਪੂਰਾ ਹਾਂ ਅਤੇ ਪ੍ਰਭੂ ਵਿੱਚ ਹਰਾ ਹਾਂ ਅਤੇ ਪੁਰਾਣੀ ਉਮਰ ਵਿੱਚ ਵੀ ਮੈਂ ਤਾਜ਼ਾ ਅਤੇ ਫਲੋਰਿਸ਼ਿੰਗ ਕਰਾਂਗਾ। ਚੀਜ਼ਾਂ ਹਮੇਸ਼ਾ ਯੀਸ਼ੂ ਦੇ ਨਾਮ ਵਿੱਚ ਮੇਰੇ ਲਈ ਕੰਮ ਕਰ ਰਹੀਆਂ ਹਨ। ਮੈਂ ਯੀਸ਼ੂ ਮਸੀਹ ਵਿੱਚ ਹਰ ਆਤਮਿਕ ਆਸ਼ੀਰਵਾਦ ਪ੍ਰਾਪਤ ਕਰਨ ਵਾਲਾ ਹਾਂ। ਮੈਂ ਇੱਕ ਆਤਮਾ ਹਾਂ, ਮੇਰੀ ਆਤਮਾ ਇੱਕ ਰੂਹ ਹੈ, ਮੇਰੀ ਆਤਮਾ ਅਤੇ ਮੇਰੀ ਰੂਹ ਇੱਕ ਸਰੀਰਕ ਸਰੀਰ ਵਿੱਚ ਜਿਉਂਦੀਆਂ ਹਨ। ਮੇਰੀ ਆਤਮਾ ਮੇਰੀ ਰੂਹ ਨੂੰ ਹੁਕਮ ਦਿੰਦੀ ਹੈ, ਮੇਰੀ ਰੂਹ ਸੁਣਦੀ ਹੈ, ਪ੍ਰਾਪਤ ਕਰਦੀ ਹੈ ਅਤੇ ਮੇਰੇ ਸਰੀਰ ਅਤੇ ਮੇਰੇ ਸਰੀਰ ਦੇ ਆਦੇਸ਼ਾਂ ਨੂੰ ਨਿਰਦੇਸ਼ ਦਿੰਦੀ ਹੈ। ਯੀਸ਼ੂ ਦੇ ਨਾਮ ਵਿੱਚ ਮੈਂ ਮੇਰੇ ਸਰੀਰ ਨਾਲ ਗੱਲ ਕਰਦਾ ਹਾਂ। ਰੱਬ ਦਾ ਵਿਨਾਸ਼ੀ ਜੀਵਨ ਮੇਰੇ ਵਿੱਚ ਜੀਵਨ ਵਿੱਚ ਹਮੇਸ਼ਾ ਸਪਸ਼ਟ ਅਤੇ ਪ੍ਰਗਟ ਹੁੰਦਾ ਹੈ। ਮੈਂ ਆਪਣੇ ਸਰੀਰ ਦੇ ਹਰ ਵੇਰਵੇ ਲਈ ਜੀਵਨ ਦੀ ਗੱਲ ਕਰਦਾ ਹਾਂ। ਮੈਂ ਆਪਣੇ ਦਿਮਾਗ ਨਾਲ ਗੱਲ ਕਰਦਾ ਹਾਂ। ਦੀ ਕ੍ਰਾਈਸਟ ਦੇ ਦਿਮਾਗ ਦੀ ਤਰ੍ਹਾਂ ਸੰਪੂਰਨ ਬਣੋ ਅਤੇ ਮੈਂ ਤੁਹਾਨੂੰ ਪਰਮੇਸ਼ਵਰ ਦੇ ਵਚਨ ਦੁਆਰਾ ਇਕਸਾਰ ਹੋਣ ਦਾ ਆਦੇਸ਼ ਦਿੰਦਾ ਹਾਂ। ਮੈਂ ਆਪਣੇ ਨਸਾਂ ਅਤੇ ਨਸਾਂ ਨਾਲ ਜੀਵਨ ਬੋਲਦਾ ਹਾਂ। ਮੈਂ ਆਪਣੀ ਮਾਸਪੇਸ਼ੀਆਂ ਅਤੇ ਲਿਗਾਮੈਂਟਸ ਨਾਲ ਤਾਕਤ ਬੋਲਦਾ ਹਾਂ। ਮੈਂ ਆਪਣੇ ਦਿਲ ਨਾਲ ਜੀਵਨ ਸ਼ਕਤੀ ਬੋਲਦਾ ਹਾਂ। ਮੈਂ ਆਪਣੇ ਫੇਫੜਿਆਂ ਅਤੇ ਟੀਸ਼ੂਆਂ ਨਾਲ ਆਮ ਹਵਾਦਾਰੀ ਅਤੇ ਪਰਫਿਊਜ਼ਨ ਅਨੁਪਾਤ ਬਣਾਈ ਰੱਖਣ ਲਈ ਗੱਲ ਕਰਦਾ ਹਾਂ। ਮੈਂ ਆਪਣੇ ਗੁਰਦਿਆਂ, ਜਿਗਰ ਅਤੇ ਪਾਚਕ ਰੋਗਾਂ ਲਈ ਸੰਪੂਰਨਤਾ ਬੋਲਦਾ ਹਾਂ। ਮੇਰੇ ਖੂਨ ਦੇ ਹਰ ਸੈੱਲ ਵਿੱਚ ਜੀਵਨ ਹੈ। ਮੇਰੀਆਂ ਹੱਡੀਆਂ, ਜੋੜਾਂ ਅਤੇ ਉਪਸਥਿਤੀ ਇਕਸਾਰ ਅਤੇ ਮਜ਼ਬੂਤ ਹਨ। ਮੇਰੀ ਉਂਗਲੀਆਂ ਵਧੀਆ ਢੰਗ ਨਾਲ ਕੰਮ ਕਰਦੀਆਂ ਹਨ। ਮੇਰੀਆਂ ਅੱਖਾਂ ਸਪਸ਼ਟ ਰੂਪ ਵਿੱਚ ਵੇਖਦੀਆਂ ਹਨ ਅਤੇ ਮੇਰੇ ਕੰਨ ਕੰਮ ਕਰਦੇ ਹਨ ਵਧੀਆ ਢੰਗ ਨਾਲ। ਮੇਰੀ ਚਮੜੀ ਇੱਕ ਨਵਜੰਮੇ ਬੱਚੇ ਅਤੇ ਰੱਬ ਦੀ ਸੁੰਦਰਤਾ ਦੀ ਤਰ੍ਹਾਂ ਮੁਲਾਇਮ ਸਿਹਤਮੰਦ ਹੈ। ਮੇਰੇ ਵਾਲਾਂ ਦੇ ਰੋਮ ਕੱਸ ਗਏ ਹਨ। ਮੈਂ ਆਪਣੇ ਵਾਲਾਂ ਨੂੰ ਜਗ੍ਹਾ 'ਤੇ ਰਹਿਣ ਦਾ ਆਦੇਸ਼ ਦਿੰਦਾ ਹਾਂ ਅਤੇ ਜਿੱਥੇ ਵਾਧੇ ਦੀ ਜ਼ਰੂਰਤ ਹੁੰਦੀ ਹੈ ਮੈਂ ਵਿਕਾਸ ਨੂੰ ਆਪਣੇ ਫੋਕਲਿਕਸ ਵਿੱਚ ਛੱਡਦਾ ਹਾਂ। ਮੇਰੇ ਦੰਦ, ਮਸੂੜੇ, ਜਬਾੜੇ ਦੀਆਂ ਹੱਡੀਆਂ ਅਤੇ ਨਸਾਂ ਅਤੇ ਖੂਨ ਦੀ ਸਪਲਾਈ ਸਾਰੇ ਸਿਹਤਮੰਦ, ਮਜ਼ਬੂਤ ਅਤੇ ਸੰਪੂਰਨ ਹਨ। ਮੇਰੇ ਸਾਰੇ ਹਾਰਮੋਨਸ ਅਤੇ ਨਿਊਰੋਕੈਮੀਕਲ ਟ੍ਰਾਂਸਮੀਟਰ ਇੱਕ ਦੂਜੇ ਨਾਲ ਸੰਪੂਰਨ ਤਾਲਮੇਲ ਵਿੱਚ ਹਨ ਅਤੇ ਆਪਣੇ ਕੰਮਾਂ ਨੂੰ ਆਮ ਤੌਰ 'ਤੇ ਚਲਾਉਂਦੇ ਹਨ। ਮੇਰੀ ਪਾਚਨ ਪ੍ਰਣਾਲੀ ਸਾਰੇ ਖਾਦ ਪਦਾਰਥਾਂ ਨੂੰ ਹਜ਼ਮ ਕਰਨ, ਸੋਖਣ ਅਤੇ ਗ੍ਰਹਿਣ ਕਰਨ ਦੇ ਯੋਗ ਹੈ ਅਤੇ ਪਾਚਕ ਰਹਿੰਦ ਖੁੰਦ ਉਤਪਾਦ ਨਿਯਮਿਤ ਤੌਰ 'ਤੇ ਬਾਹਰ ਕੱਢੇ ਜਾਂਦੇ ਹਨ। ਮੇਰੀ ਪ੍ਰਜਨਨ ਪ੍ਰਣਾਲੀ ਲੋੜੀਂਦੀ ਮਾਤਰਾ ਅਤੇ ਚੰਗੀ ਗਤੀਸ਼ੀਲਤਾ ਵਾਲੇ ਸ਼ੁਕਰਾਣੂਆਂ ਦਾ ਉਤਪਾਦਨ ਅਤੇ ਜਮ੍ਹਾਂ ਕਰ ਰਹੀ ਹੈ। ਮੇਰੀ ਪ੍ਰਜਨਨ ਪ੍ਰਣਾਲੀ ਸਮੇਂ ਸਿਰ ਅੰਡੇ ਦੇ ਸੈੱਲਾਂ ਦਾ ਉਤਪਾਦਨ ਕਰ ਰਹੀ ਹੈ, ਗਰਭਸਥ ਸ਼ੀਸ਼ੂ ਨੂੰ ਜਨਮ ਤੋਂ ਬਚਾਉਂਦੀ ਅਤੇ ਪੋਸ਼ਣ ਦਿੰਦੀ ਹੈ। ਹਰ ਅੰਗ, ਮੇਰੇ ਸਰੀਰ ਦਾ ਹਰ ਟਿਸ਼ੂ ਸੰਪੂਰਨਤਾ ਵਿੱਚ ਕੰਮ ਕਰਦਾ ਹੈ ਜਿਸ ਦੇ ਲਈ ਪਰਮਾਤਮਾ ਨੇ ਇਸ ਨੂੰ ਕੰਮ ਕਰਨ ਲਈ ਬਣਾਇਆ ਹੈ ਅਤੇ ਮੈਂ ਆਪਣੇ ਸਰੀਰ ਵਿੱਚ ਕਿਸੇ ਵੀ ਖਰਾਬੀ ਅਤੇ ਵਿਗਾੜ ਨੂੰ ਵਰਜਿਤ ਕਰਦਾ ਹਾਂ। ਯੀਸ਼ੂ ਦੇ ਨਾਮ ਵਿੱਚ ਹਾਲੇਲੂਯਾ, ਆਮੀਨ। ਪਿਤਾ ਪਿਤਾ ਮੈਨੂੰ ਪਿਆਰ ਕਰਦਾ ਹੈ, ਮੈਂ ਜਾਣਦਾ ਹਾਂ, ਮੈਂ ਜਾਣਦਾ ਹਾਂ। ਰੱਬ ਦਾ ਪੁੱਤਰ ਮੈਨੂੰ ਪਿਆਰ ਕਰਦਾ ਹੈ, ਮੈਂ ਜਾਣਦਾ ਹਾਂ, ਮੈਂ ਜਾਣਦਾ ਹਾਂ। ਪਰਮਾਤਮਾ ਮੈਨੂੰ ਪਿਆਰ ਕਰਦਾ ਹੈ, ਮੈਂ ਜਾਣਦਾ ਹਾਂ, ਮੈਂ ਜਾਣਦਾ ਹਾਂ। ਸ਼ਲੋਮ।